ਰੂਪਾ ਬਾਜਵਾ ਦਾ ਨਾਵਲ ਸਾੜੀ ਸ਼ਾਪ ਦਾ ਦੂਸਰੇ ਭਾਗ ਦਾ 6ਵੇਂ ਅੰਗ ਦਾ ਬਾਕੀ ਦਾ ਹਿੱਸਾ ਗੋਕੁਲ ਕੁੱਚੇ ਰੁਕਿਆ ਤੇ ਖੰਗ ਕੇ ਆਪਣਾ ਗਲਾਸ ਸਾਫ਼ ਕਰਕੇ ਕਹਿਣ ਲੱਗਾ ਅਗਲੀ ਸਵੇਰ ਚੰਦਰ ਰਤਾ ਕੋ ਜਲਦੀ ਦੁਕਾਨ ਤੇ ਆ ਗਿਆ ਉਹ ਖਬਰੀ ਆਪਣੀ بیوی ਤੋਤੇ ਉਸ ਥਾਂ ਤੋਂ ਦੂਰ ਰਹਿਣਾ ਚਾਹੁੰਦਾ ਸੀ ਜਿਹਨੂੰ ਆਪਣਾ ਘਰ ਕਹਿੰਦਾ ਮੈਂ ਵੀ ਸਮੇ ਤੋਂ 10 ਮਿੰਟ ਪਹਿਲਾਂ ਹੀ ਆ ਗਿਆ ਸਾਂ ਲక్ష్ਮੀ ਨੇ ਆਪਣੇ ਰਿਸ਼ਤੇਦਾਰਾਂ ਦੇ ਜਾਣਾ ਸੀ ਕਿਉਂਕਿ ਉਦੀ ਕਿਸੇ ਰਿਸ਼ਤੇਦਾਰ ਦੇ ਬੱਚਾ ਹੋਣ ਵਾਲਾ ਸੀ ਇਸ ਲਈ ਉਹਨੇ ਮੈਨੂੰ ਸਵੇਰੀ ਨਾਸ਼ਤਾ ਬਣਾ ਦਿੱਤਾ ਤੇ ਮੈਂ ਚਲਾ ਆਇਆ ਜਦੋਂ ਉਹਨੇ ਬੱਚਿਆਂ ਨੂੰ ਨਾਲ ਲੈ ਕੇ ਕਿਤੇ ਜਾਣਾ ਹੁੰਦਾ ਬੜੀ ਪਰੇਸ਼ਾਨ ਹੋ ਜਾਂਦੀ ਹੈ ਮੇਰੀ ਹਾਜ਼ਰੀ 'ਚ ਉਹਨੂੰ ਤਿਆਰੀ ਕਰਨ 'ਚ ਹੋਰ ਵੀ ਔਕੜ ਆਉਂਦੀ ਹੈ ਪਰ ਤੈਨੂੰ ਦੱਸਾਂ ਜਿੰਨਾ ਬਾਅਦ ਮੈਂ ਚੰਦਰ ਦੀ ਬੀਵੀ ਬਾਰੇ ਸੁਣਦਾ ਉਹਨਾਂ ਹੀ ਬਾਅਦ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਕਿ ਉਹਨੇ ਮੈਨੂੰ ਲక్ష్ਮੀ ਵਰਗੀ ਬੀਵੀ ਦਿੱਤੀ ਹੈ ਬਸ ਗੱਲਾਂ ਰਤਾ ਕੁ ਜ਼ਿਆਦਾ ਕਰਦੀ ਹੈ ਛੇਤੀ ਗੁੱਸੇ ਹੋ ਜਾਂਦੀ ਹੈ ਵਰਨਾ ਬਹੁਤ ਹੀ ਸ਼ਾਲੀਨ ਤੇ ਚੰਗੇ ਦਿਲ ਵਾਲੀ ਔਰਤ ਹੈ ਮੈਂ ਸੋਚਦਾ ਕਿ ਮੈਂ ਬੜੇ ਚੰਗੇ ਭਾਗਾ ਵਾਲਾ ਤੇਰਾ ਕੀ ਖਿਆਲ ਹੈ ਗੋਕੁਲ ਦੇ ਚਿਹਰੇ ਤੇ ਹਲਕੀ ਜੀ ਮੁਸਕਰਾਟ ਸੀ ਰਾਮਚੰਦ ਨੇ ਸਿਰ ਹਿਲਾਇਆ ਗੋਕੁਲ ਨੇ ਕਿਹਾ ਖੈਰ ਉਸ ਦਿਨ ਮੈਂ ਤੇ ਚੰਦਰ ਦੋਵੇਂ ਸਭ ਤੋਂ ਪਹਿਲਾਂ ਪਹੁੰਚੇ ਰਾਮਚੰਦ ਤੂੰ ਯਕੀਨ ਨਹੀਂ ਕਰੇਗਾ ਵਿਚਾਰਾ ਚੰਦਰ ਤਾਂ ਮੈਨੂੰ ਸਾਰੀ ਗੱਲ ਦੱਸਦੇ ਹੋਏ ਰੋ ਹੀ ਪਿਆ ਮੈਂ ਨੂੰ ਦੱਸਿਆ ਕਿ ਉਸ ਕੁੱਤੀ ਨੂੰ ਛੱਡ ਦੇਵੇ ਤੇ ਦੁਬਾਰਾ ਸ਼ਾਦੀ ਕਰਵਾ ਲਵੇ ਕਹਿਣ ਲੱਗਾ ਇਸ ਬਾਰੇ ਸੋਚੇਗਾ ਫਿਰ ਗੋਕੁਲ ਨੇ ਰਾਮਚੰਦ ਦੇ ਚਿਹਰੇ ਤੇ ਆਏ ਪਰਭਾਵਾਂ ਨੂੰ ਦੇਖਿਆ ਉਨੇ ਚਿੰਤਾ ਭਰੀ ਆਵਾਜ਼ ਚ ਪੁੱਛਿਆ ਤੂੰ ਇਹਨਾਂ ਦੁਖੀ ਕਿਉਂ ਦਿਖਾਈ ਦੇ ਰਿਹਾ ਹੈ ਅਸਲ ਚ ਤਾਂ ਤੂੰ ਬਿਮਾਰ ਲੱਗਦਾ ਹੈ ਪੀਲਾ ਤੇ ਬਿਮਾਰ ਖਬਰੇ ਤੈਨੂੰ ਵਧੇਰੇ ਤਾਜ਼ਾ ਹਵਾ ਦੀ ਲੋੜ ਹੋਵੇ ਪਰ ਇਸ ਦੁਕਾਨ ਚ ਤਾਜ਼ੀ ਹਵਾ ਤੇ ਦੁਪਹਿਰ ਦੇ ਖਾਣੇ ਦੀ 2 ਘੰਟੇ ਦੀ ਛੁੱਟੀ ਸਿਰਫ ਸ਼ਾਮ ਤੇ ਰਾਜੇਸ਼ ਲਈ ਹੀ ਹੈ ਰਾਮਚੰਦ ਕੁਛ ਨਾ ਬੋਲਿਆ ਗੋਕਲ ਨੇ ਉਸ ਵੱਲ ਫੇਰ ਦੇਖਿਆ ਇਹ ਰਾਮਚੰਦ ਤੂੰ ਠੀਕ ਹੈ ਤੂੰ ਬਿਲਕੁਲ ਠੀਕ ਹੈ ਨਾ ਕੀ ਕੋਈ ਗੜਬੜ ਰਾਮਚੰਦ ਨੇ ਫੇਰ ਕਿਹਾ ਕੁਛ ਨਹੀਂ ਪਰਤ ਕੀ ਉਹ ਆਪਣੀ ਨਕਲੀ ਤੇ ਹਲਕੀ ਜਿਹੀ ਮੁਸਕਰਾਟ ਵੀ ਚਿਹਰੇ ਤੇ ਨਾ ਲਿਆ ਸਕਿਆ ਹੁਣ ਰਾਮਚੰਦ ਸਮਝ ਸਕਦਾ ਸੀ ਕਿ ਉਹ ਉਸ ਦਿਨ ਅਸਲ ਚ ਕੀ ਵਾਪਰਿਆ ਹੋਵੇਗਾ ਉਹ ਕੁਝ देर ਦੂਜੇ ਪਾਸੇ ਦੇਖਦਾ ਰਿਹਾ ਫਿਰ ਚਿੰਤਾ ਭਰੀ ਆਵਾਜ਼ ਨਾਲ ਗੋਕਲ ਨੂੰ ਪੁੱਛਣ ਲੱਗਾ ਪਰ ਕਿਉਂ ਉਹ ਗੁਪਤਿਆਂ ਦੇ ਘਰ ਕਿਉਂ ਗਈ ਸੀ ਉਹਨੇ ਉਹਨਾਂ ਤੋਂ ਕੀ ਲੈਣਾ ਸੀ ਗੋਕਲ ਕਹਿਣ ਲੱਗਾ ਦੇਖੋ ਯਾ ਇਹ ਕਿ ਗੁਪਤਿਆਂ ਤੇ ਕਪੂਰਾਂ ਨੇ ਰਲ ਕੇ ਕੁਝ ਸਾਲ ਪਹਿਲਾਂ ਇੱਕ ਸਾਂਝਾ ਕਾਰੋਬਾਰ ਖੋਲ੍ਹਿਆ ਸੀ ਉਹਨਾਂ ਕੱਪੜੇ ਤਿਆਰ ਕਰਨ ਵਾਲੀ ਇੱਕ ਯੂਨਿਟ ਲਗਾਈ ਸੀ ਇਸ ਦੁਕਾਨ 'ਚ ਕੰਮ ਕਰਨ ਤੋਂ ਪਹਿਲਾਂ ਚੰਦਰ ਉੱਥੇ ਕੰਮ ਕਰਦਾ ਸੀ ਪਰ ਕਾਰੋਬਾਰ ਘਾਟੇ 'ਚ ਜਾਣ ਲੱਗਾ ਤੇ ਉਹਨਾਂ ਆਖਰਕਾਰ ਫੈਕਟਰੀ ਬੰਦ ਕਰ ਦਿੱਤੀ ਉਹਨਾਂ ਕਿਸੇ ਵੀ ਵਰਕਰ ਨੂੰ ਆਖਰੀ 3 ਮਹੀਨਿਆਂ ਦੀ ਤਨਖਾਹ ਨਹੀਂ ਸੀ ਦਿੱਤੀ ਚੰਦਰ ਕੋਲ ਕੋਈ ਪੈਸਾ ਨਹੀਂ ਸੀ ਮੈਨੂੰ ਨਹੀਂ ਪਤਾ ਕਿ ਫਿਰ ਅਸਲ 'ਚ ਕੀ ਵਾਪਰਿਆ ਜਾਂ ਫਿਰ ਉਹ ਬਿਮਾਰ ਹੋ ਗਿਆ ਜਾਂ ਫਿਰ ਉਹਦੀ ਪਤਨੀ ਪਰ ਦੋਵਾਂ ਨੇ ਬਹੁਤ ਮਾੜੇ ਦਿਨ گزارੇ ਮੈਂ ਤਾਂ ਸੁਣਿਆ ਕਿ ਉਹ ਮਿਸਟਰ ਗੁਪਤਾ ਤੇ ਮਿਸਟਰ ਕਪੂਰ ਕੋਲ ਪੈਸੇ ਲੈਣ ਲਈ ਗਿਆ ਸੀ ਤੇ ਕਿਹਾ ਸੀ ਕਿ ਜਦੋਂ ਤੱਕ ਉਹਨੂੰ ਨਵੀਂ ਨੌਕਰੀ ਨਹੀਂ ਮਿਲ ਜਾਂਦੀ ਉਦੋਂ ਤੱਕ ਉਧਾਰ ਹੀ ਦੇ ਦੇਣਾ ਉਸ ਨਾਲ ਚੰਗੀ ਤਰ੍ਹਾਂ ਪੇਸ਼ ਆਏ ਪਰ ਨਾਲ ਹੀ ਕਿਹਾ ਕਿ ਜੇ ਉਹਨਾ ਉਹਨੂੰ ਪੈਸੇ ਦੇ ਦਿੱਤੇ ਤਾਂ ਬਾਕੀ ਦੇ ਕਰ ਵੀ ਆਪੋ ਆਪਣਾ ਹਿੱਸਾ ਮੰਗਣ ਲਈ ਆ ਜਾਣਗੇ ਚੰਦਰ ਨੇ ਕਿਹਾ ਕੋ ਕਿਸੇ ਨੂੰ ਨਹੀਂ ਦੱਸੇਗਾ ਪਰ ਦੋਵੇਂ ਜਣੇ ਆਪਣੀ ਗੱਲ ਤੇ ਅੜੇ ਰਹੇ ਉਹਨਾਂ ਦੀ ਗੱਲ ਵੀ ਸਮਝ ਆਉਂਦੀ ਹੈ ਆਖਰਕਾਰ ਉਹ ਵਪਾਰੀ ਹਨ ਮੈਨੂੰ ਪੂਰਾ ਵਿਸਥਾਰ ਨਹੀਂ ਪਤਾ ਪਰ ਜੋ ਕੁਝ ਮੈਂ ਸੁਣਿਆ ਹੈ ਉਸ ਮੁਤਾਬਕ ਚੰਦਰ ਤੇ ਉਹਦੀ ਪਤਨੀ ਨੇ ਕਈ ਮਹੀਨੇ ਬੜੀ ਮੁਸੀਬਤ ਚ ਬਤਾਏ ਜਦੋਂ ਤੱਕ ਉਹਨੂੰ ਇੱਥੇ ਨੌਕਰੀ ਨਾ ਮਿਲ ਗਈ ਪਰ ਚੰਦਰ ਨੇ ਇੱਕ ਗਲਤੀ ਕਰ ਦਿੱਤੀ ਇੱਕ ਦਿਨ ਸ਼ਰਾਬੀ ਹੋਏ ਨੇ ਆਪਣੀ ਪਤਨੀ ਨੂੰ ਗੁਪਤਾ ਤੇ ਕਪੂਰ ਦੇ ਨਾਮ ਦੱਸ ਦਿੱਤੇ ਤੇ ਇਹ ਵੀ ਦੱਸ ਦਿੱਤਾ ਕਿ ਉਹ ਕਿੱਥੇ ਰਹਿੰਦੇ ਆ ਬਸ ਲੱਗਦਾ ਹੈ ਕਿ ਉਹਦੀ ਬੀਵੀ ਨੂੰ ਇਹੀ ਕੁਝ ਚਾਹੀਦਾ ਸੀ ਚੰਦਰਤਾਏ ਨੂੰ ਭੁੱਲ ਭੁਲਾ ਵੀ ਗਿਆ ਸੀ ਕਿਉਂਕਿ ਜ਼ਿੰਦਗੀ ਨੇ ਤਾਂ ਚੱਲਦੀ ਰਹਿਣਾ ਹੁੰਦਾ ਹੈ ਤੇ ਇਸ ਤਰ੍ਹਾਂ ਦੀਆਂ ਗੱਲਾਂ ਵਾਪਰਦੀਆਂ ਹੀ ਰਹਿੰਦੀਆਂ ਸੰਸਾਰ ਇਸੇ ਤਰ੍ਹਾਂ ਹੀ ਚੱਲਦਾ ਹੈ ਪਰ ਉਹਦੀ ਬੀਵੀ ਉਹ ਤਾਂ ਪੂਰੀ ਡੈਨ ਬੜੀ ਪਾਗਲ ਔਰਤ ਹੈ ਇੰਨੇ ਸਾਲਾਂ ਬਾਅਦ ਵੀ ਉਹ ਨੂੰ ਆਪਣੇ ਪਤੀ ਦੇ ਪੁਰਾਣੇ ਮਾਲਕਾਂ ਦੇ ਖਿਲਾਫ ਗੁੱਸਾ ਹੈ ਉਹ ਸਭ ਨੂੰ ਸੁਣਾ ਕੇ ਉਹਨਾਂ ਨੂੰ ਗਾਲਾਂ ਦਿੰਦੀ ਹੈ ਰਾਮਚੰਦ ਚੁੱਪਚਾਪ ਇਤਾ ਸੁਣਦਾ ਰਿਹਾ ਉਹਨੇ ਜਮਣੀ ਸਾੜੀ ਵਾਲੀ ਔਰਤ ਬਾਰੇ ਸੋਚਿਆ ਜਿਦੇ ਮੁੱਢੇ ਦੀਆਂ ਹੱਡੀਆਂ ਬਾਹਰੋਂ ਨਿਕਲੀਆਂ ਸਨ ਜਿਦੀਆਂ ਅੱਖਾਂ ਖਾਲੀ-ਖਾਲੀ ਸਨ ਤੇ ਪਹਿਲੀ ਵਾਰ ਉਹਨੇ ਆਪਣੇ ਆਪ ਨੂੰ ਬੁਰੀ ਤਰ੍ਹਾਂ ਬਿਮਾਰ ਮਹਿਸੂਸ ਕੀਤਾ ਕਿਉਂਕਿ ਜਦੋਂ ਮਿਸਿਸ ਗੁਪਤਾ ਖਰੀਦਦਾਰੀ ਕਰਨ ਆਈ ਸੀ ਤਾਂ ਉਹ ਉਸ ਨਾਲ ਬੜੇ ਸਤਕਾਰ ਨਾਲ ਪੇਸ਼ ਆਇਆ ਸੀ ਰੀਨਾ ਕਪੂਰ ਦੀ ਸ਼ਾਦੀ ਦਾ ਉਹਨੇ ਆਨੰਦ ਮਾਣਿਆ ਸੀ ਰੀਨਾ ਵੱਲੋਂ ਉਸ ਨੂੰ ਦਿਖਾਈ ਗਈ ਦਿਲਚਸਪੀ ਤੋਂ ਖੁਸ਼ ਹੋਇਆ ਸੀ ਤੇ ਉਹਨੂੰ ਇਸ ਗੱਲ ਦਾ ਗੁੱਸਾ ਸੀ ਕਿ ਉਹ ਖੁਦ ਕਿੰਨਾ ਭੈੜਾ ਬੰਦਾ ਸੀ ਅਗਲੇ ਕੁਝ ਦਿਨਾਂ ਦੌਰਾਨ ਰਾਮਚੰਦ ਆਮ ਨਾਲੋਂ ਵੀ ਜ਼ਿਆਦਾ ਚੁੱਪ ਹੁੰਦਾ ਗਿਆ ਉਹਦੇ ਦਿਲ ਅੰਦਰ ਇੱਕ ਪੱਕੀ ਭਾਵਨਾ ਬੈਠਦੀ ਗਈ ਕਿ ਸਭ ਕੁਝ ਹੀ ਗਲਤ ਹੈ ਉਹਦੇ ਅੰਦਰ ਇੱਕ ਨਿਰੰਤਰ ਸ਼ਾਂਤੀ ਤੇ ਲਗਾਤਾਰ ਦਿਲ ਨੂੰ ਡੋਬੂ ਪੈਣ ਦੀ ਭਾਵਨਾ ਘਰ ਘਰ ਕਦੇ-ਕਦੇ ਉਹ ਦੋਸ਼ੀ ਮਹਿਸੂਸ ਕਰਦਾ ਸ਼ਾਇਦ ਉਹਨੂੰ ਆਪਣੇ ਮਨ ਦੀ ਗੱਲ ਕਹਿ ਦੇਣੀ ਚਾਹੀਦੀ ਸੀ ਪਰ ਚੰਦਰ ਦੀ ਪਤਨੀ ਨੇ ਆਪਣੇ ਆਪ ਹੀ ਸਾਰੀ ਗੱਲ ਕਿਉਂ ਨਹੀਂ ਦੱਸੀ ਸ਼ਾਇਦ ਉਹ ਇਸ ਗੱਲ ਨੂੰ ਭੇਤ ਹੀ ਰੱਖਣਾ ਚਾਹੁੰਦੀ ਹੋਵੇ ਅਜਿਹੀ ਸੂਰਤ ਵਿੱਚ ਖਬਰੇ ਉਸ ਦਾ ਚੁੱਪ ਰਹਿਣਾ ਹੀ ਠੀਕ ਹੋਵੇ ਉਹਦੀ ਭੁੱਖ ਜਾਂਦੀ ਰਹੀ ਕਦੇ-ਕਦੇ ਤਾਂ ਖਾਣੇ ਦੀ ਮਹਿਕ ਵੀ ਬਰਦਾਸ਼ਤ ਨਾ ਕਰ ਸਕਦਾ ਚੰਗੀ ਤਰ੍ਹਾਂ ਸਾਬਣ ਮਲ-ਮਲ ਕੇ ਨਹਾਉਣ ਤੋਂ ਬਾਅਦ ਤੇ ਤੋਤੇ ਕੱਪੜੇ ਪਾਉਣ ਤੋਂ ਬਾਅਦ ਵੀ ਉਹਨੂੰ ਆਪਣੇ ਆਪਣਾਪ ਅਨਹਾਤਾ ਤੇ ਗੰਦਾ ਲੱਗਦਾ। ਉਹਦੇ ਮੂੰਹ 'ਚ ਲਗਾਤਾਰ ਬੇਸਵਾਦੀ ਬਣੀ ਰਹਿੰਦੀ। ਉਹ ਚਾਹ ਜ਼ਿਆਦਾ ਪੀਣ ਲੱਗ ਪਿਆ। ਕਿਸੇ ਨਾਲ ਵੀ ਗੱਲ ਨਹੀਂ ਨਹੀਂ ਸੀ ਕਰਦਾ ਤੇ ਜੇ ਕੋਈ ਉਸ ਨਾਲ ਗੱਲਾਂ ਕਰਦਾ ਤਾਂ ਚੁੱਪਚਾਪ ਸੁਣਦਾ ਰਹਿੰਦਾ। ਉਹਨੂੰ ਤਾਂ ਹੁਣ ਸੁਦਾ ਬਾਰੇ ਹੀ ਨਹੀਂ। ਸਗੋਂ ਕਿਸੇ ਵੀ ਹੋਰ ਤੀਵੀਂ ਬਾਰੇ ਕਲਪਨਾ ਕਰਨ ਦਾ ਸਵਾਦ ਵੀ ਨਹੀਂ ਸੀ ਆਉਂਦਾ। ਜਦੋਂ ਆਪਣੀ ਅੱਖਾਂ ਬੰਦ ਕਰਕੇ ਲੰਮਾ ਪਿਆ ਹੁੰਦਾ ਆਪਣੀ ਪਤਲੂਨ ਦੇ ਉੱਤੋਂ ਦੀ ਆਪਣੇ ਨਲਾਂ ਨੂੰ ਰਗੜਦੇ ਹੋਏ ਦਿਨੇ ਸੁਪਨੇ ਲੈਣ ਦੀ ਕੋਸ਼ਿਸ਼ ਕਰਦਾ ਕਿ ਆਪਣੇ ਦੁੱਖਾਂ ਤੋਂ ਛੁਟਕਾਰਾ ਹਾਸਲ ਕਰ ਸਕੇ ਤਾਂ ਉਹਦੇ ਮਨ 'ਚ ਜਿਹੜਾ ਇੱਕੋ ਇੱਕ ਚਿੱਤਰ ਉਬਰਦਾ ਉਹ ਕਮਲਾ ਦੇ ਬਲਾਊਜ਼ ਤੇ ਲੱਗੇ ਉਲਟੀ ਦੇ ਦਾਗਾਂ ਤੇ ਸਾੜੀ ਤੇ ਖੂਨ ਦੇ ੱੱਬਿਆਂ ਦਾ ਹੀ ਹੁੰਦਾ ਫਿਰ ਉਹ ਮਹਿਸੂਸ ਕਰਦਾ ਕਿ ਉਹਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਹਨ ਤੇ ਉਹਦੀਆਂ ਸਾਰੀਆਂ ਸਰੀਰਕ ਤੰਗਾਂ ਖਤਮ ਹੋ ਗਈਆਂ ਤੇ ਇੱਕ ਦਿਨ ਬੜੀ ਹੈਰਾਨੀ ਨਾਲ ਰਾਮਚੰਦ ਨੇ ਦੇਖਿਆ ਕਿ ਦੁਕਾਨ ਦਾ ਦਰਵਾਜ਼ਾ ਖੁੱਲਾ ਮਿਸਿਸ ਗੁਪਤਾ ਸਦਾਵਾਂਗੀ ਮਿਸਿਸ ਸੰਧੂ ਦੇ ਨਾਲ ਦਾਖਲ ਹੋਈ। ਰਾਮਚੰਦ ਦੇ ਗੋਕੁਲ ਤੋਂ ਬਿਨਾ ਬਾਕੀ ਸਾਰੇ ਔਰ ਗਾਕਾਂ 'ਚ ਰੁੱਝੇ ਸੀ। ਰਾਮਚੰਦ ਨਹੀਂ ਸੀ ਚਾਹੁੰਦਾ ਕਿ ਮਿਸਿਸ ਗੁਪਤਾ ਦੇ ਸਾਹਮਣੇ ਆਵੇ। ਉਹ ਚੁੱਪਚਾਪ ਹੀ ਤੇ ਉੱਠਿਆ ਇੱਕ ਕੋਨੇ 'ਚ ਖਿਸਕ ਗਿਆ ਤੇ ਸੋਚਣ ਲੱਗਾ ਕੋਈ ਉਸ ਵੱਲ ਧਿਆਨ ਨਹੀਂ ਦੇਵੇਗਾ। ਇਸ ਲਈ ਦੋਵੇਂ ਔਰਤਾਂ ਗੋਕੁਲ ਦੇ ਸਾਹਮਣੇ ਜਾ ਬੈਠੀਆਂ। ਗੋਕੁਲ ਉਨ੍ਹਾਂ ਵੱਲ ਦੇਖ ਕੇ ਮੁਸਕਰਾਇਆ। ਹਾਏ ਹਾਏ ਬੜੀ ਗਰਮੀ ਹੈ। ਮਿਸਿਸ ਗੁਪਤਾ ਨੇ ਕਿਹਾ ਤੇ ਅਜਿਹਾ ਕਹਿੰਦੇ ਹੋਏ ਉਹਨੇ ਆਪਣੇ ਪਰਸ ਤੋਂ ਖੁਸ਼ਬੂਦਾਰ ਕਢਾਈ ਵਾਲਾ ਗੁਲਾਬੀ ਰੁਮਾਲ ਕੱਢਿਆ ਉਹਨੇ ਬੜੇ ਧਿਆਨ ਨਾਲ ਆਪਣੇ ਚਿਹਰੇ ਤੇ ਫੇਰਿਆ ਤੇ ਜਿਆ ਕਰਦੇ ਹੋਏ ਆਪਣੀ ਲਿਪਸਟਿਕ ਨੂੰ ਪੂਰੀ ਤਰ੍ਹਾਂ ਬਚਾ ਕੇ ਰੱਖਿਆ ਤੇ ਅੱਖਾਂ ਤੇ ਲੱਗੇ ਸੁਰਮੇ ਨੂੰ ਵੀ ਖਰਾਬ ਨਹੀਂ ਹੋਣ ਦਿੱਤਾ ਮਿਸਿਸ ਸੰਧੂ ਦੀ ਗੋਰੀ ਚਮੜੀ ਲਾਲ ਹੋ ਗਈ ਸੀ ਉਹ ਆਪਣੀ ਨੀਲੀ ਚੁੰਨੀ ਦੇ ਸਿਰੇ ਨਾਲ ਆਪਣੇ ਆਪ ਨੂੰ ਹਵਾ ਚਲ ਰਹੀ ਸੀ ਗੋਕੁਲ ਨੇ ਪੁੱਛਿਆ ਤੁਹਾਡੇ ਲਈ ਪਾਣੀ ਮੰਗਵਾਵਾਂ ਮਿਸਿਸ ਗੁਪਤਾ ਨੇ ਆਪਣੇ ਬੈਗ 'ਚ ਹੱਥ ਮਾਰਦੇ ਹੋਏ 10 ਰੁਪਏ ਦਾ ਨੋਟ ਕੱਢਿਆ ਗੋਕਲ ਨੂੰ ਫੜਾ ਦੇ ਕਹਿਣ ਲੱਗੀ ਨਹੀਂ ਨਹੀਂ ਕਿਸੇ ਤੋਂ ਠੰਡੇ ਪਾਣੀ ਦੀ ਬੋਤਲ ਮੰਗਵਾ ਦਿਓ ਠੰਡੀ ਤੇ ਸਿਰਫ ਬਿਸਲੇਰੀ ਦੀ ਗੋਕਲ ਨੇ ਹਰੀ ਨੂੰ ਇਸ਼ਾਰਾ ਕੀਤਾ ਜਿਹਨੇ ਹੁਣੇ ਜੇ ਪਰੇਸ਼ਾਨ ਦਿਖਾਈ ਦਿੰਦੀ ਔਰਤ ਨੂੰ ਪੀਚ ਰੰਗ ਦੀ ਸਾੜੀ ਵੇਚੀ ਸੀ ਤੇ ਬਹੁਤ ਖੁਸ਼ ਦਿਖਾਈ ਦੇ ਰਿਹਾ ਸੀ ਹਰੀ ਲਹਿਰਾਉਂਦਾ ਹੋਇਆ ਆਇਆ ਉਹ ਆਪਣੇ ਆਪ ਹੀ ਕੱਲਿਆਂ ਕਦੇ-ਕਦੇ ਹੀ ਸਾੜੀ ਵੇਚ ਪਾਉਂਦਾ ਸੀ ਗੋਕਲ ਨੇ ਉਹਨੂੰ ਨੋਟ ਦਿੱਤਾ ਹਦਾਇਤਾਂ ਕੀਤੀਆਂ ਕਿ ਨਾਲ ਹੀ ਉਹਨੇ ਧੀਮੀ ਆਵਾਜ਼ 'ਚ ਹਰੀ ਦੇ ਕੰਨ ਚ ਕਿਹਾ ਇੱਕ ਮਿੰਟ 'ਚ ਵਾਪਸ ਆ ਜਾਏ ਬਾਰ-ਬਾਰ ਗੱਦੀ ਕਰਨ ਜਾਂ ਪਕੌੜੇ ਖਰੀਦਰਨਾ ਚਲਾ ਜਾਏ। ਹਰੀ ਨੇ ਬੁਰਾ ਮਹਿਸੂਸ ਕੀਤਾ ਤੇ ਦਰਦ ਭਰੀ ਆਵਾਜ਼ ਕਹਿਣ ਲੱਗਾ ਮੈਂ ਕਦੇ ਇਸ ਤਰ੍ਹਾਂ ਕੀਤਾ ਗੋਕਲ ਬਈਆ। ਖ਼ਬਰੇ ਕਦੇ ਮੈਂ ਕਰਦਾ ਰਿਹਾ ਹੂੰਗਾ ਪਰ ਹੁਣ ਤਾਂ ਲੰਮੀ ਸਮੇਂ ਤੋਂ ਇਸ ਤਰ੍ਹਾਂ ਨਹੀਂ ਕੀਤਾ। ਪਤਾ ਨਹੀਂ ਤੁਸੀਂ ਧਿਆਨ ਦਿੱਤਾ ਹੈ ਜਾਂ ਨਹੀਂ ਪਿਛਲੇ ਕੁਝ ਦਿਨਾਂ ਤੋਂ ਮੈਂ ਬਹੁਤ ਸਖਤ ਮਿਹਨਤ ਕਰ ਰਿਹਾ। ਤੁਸੀਂ ਮੈਨੂੰ ਕਦੇ ਵੀ ਵਿਹਲਾ ਨਹੀਂ ਦੇਖੋਗੇ ਤੇ ਤੁਸੀਂ ਜਾਣਦੇ ਹੋ ਬਕਵਾਸ ਬੰਦ ਕਰ ਹਰੀ ਕੋਈ ਡਰਾਮਾ ਨਹੀਂ ਕਰਨਾ ਜਾ ਛੇਤੀ ਜਾ ਗੋਕਲ ਨੇ ਉਹਨੂੰ ਕਿਹਾ ਤੇ ਫਿਰ ਮੁਸਕਰਾਉਂਦੇ ਹੋਏ ਦੋਵਾਂ ਔਰਤਾਂ ਵੱਲ ਮੁੜ ਪਿਆ। ਮਿਸਿਸ ਗੁਪਤਾਨ ਨੇ ਕਿਹਾ ਸਾਨੂੰ ਗਰਮੀਆਂ ਲਈ ਕੁਝ ਬਰੀਕ ਸਾੜੀਆਂ ਦਿਖਾਓ ਪਰ ਐਸੀ ਕੋਈ ਸਾੜੀ ਨਾ ਹੋਵੇ ਜਿਸ ਤੇ ਛੇਤੀ ਵੱਟ ਪੈ ਜਾਂਦੇ ਹੋਣ ਠੀਕ ਮਿਸਿਸ ਸੰਧੂ ਨੇ ਕਿਹਾ ਸਾਨੂੰ ਸੂਤੀ ਸਾੜੀਆਂ ਚਾਹੀਦੀਆਂ ਬਿਹਤਰੀਨ ਕੁਆਲਿਟੀ ਦੀਆਂ ਸੂਤੀ ਸਾੜੀਆਂ ਕੋਕਲ ਨੇ ਸਿਰ ਹਿਲਾਇਆ ਤੇ ਕਮਰੇ ਦੇ ਦੂਜੇ ਪਾਸੇ ਬੈਠੇ ਚੰਦਰ ਵੱਲ ਇਸ਼ਾਰਾ ਕੀਤਾ ਚੰਦਰ ਪਰੇਸ਼ਾਨ ਦਿਖਾਈ ਦੇ ਰਿਹਾ ਸੀ ਸਾਰੇ ਕਮਰੇ 'ਚ ਉਸ ਵੱਲ ਗਾਕ ਨਾਲ ਜਰਦੁੱਸੀ ਬਾਰਡਰ ਵਾਲੀ ਸਾੜੀ ਦੀ ਕੀਮਤ ਬਾਰੇ ਕੀਤੀ ਜਾ ਰਹੀ ਬਹਿਸ ਸੁਣਾਈ ਦੇ ਰਹੀ ਸੀ ਚੰਦਰ ਨੇ ਗੋਕੁਲ ਵਾਲ ਦੇਖਦੇ ਹੋਏ ਸਿਰ ਹਿਲਾਇਆ ਤੇ ਗਾਹਕ ਨਾਲ ਸੌਦੇਬਾਜ਼ੀ ਕਰਦੇ ਹੋਏ ਆਪਣੇ ਪਿੱਛੇ ਵਾਲੀ ਸ਼ੈਲਫ ਵਿੱਚੋਂ ਕੁਝ ਸਾੜੀਆਂ ਕੱਡੀਆਂ ਵਾਰੀ-ਵਾਰੀ ਕਰਕੇ ਉਹਨੇ ਇਹ ਸਾੜੀਆਂ ਗੋਕੁਲ ਵਾਲਾ ਨਿਸ਼ਾਨੇ ਤੇ ਸੁੱਟੀਆਂ ਇਹ ਸਾਰੇ ਗਾਕਾਂ ਦੀ ਉੱਤੋਂ ਦੀ ਉੜਦੀਆਂ ਹੋਈਆਂ ਗੋਕੁਲ ਦੇ ਹੱਥਾਂ ਤੱਕ ਪਹੁੰਚ ਗਈਆਂ ਉਹਨੇ ਇੱਕ-ਇੱਕ ਕਰਕੇ ਇਹਨਾਂ ਸਾੜੀਆਂ ਨੂੰ ਖੋਲਿਆ ਹਰ ਇੱਕ ਸਾੜੀ ਦੇ ਗੁਣ ਦੱਸਦਾ ਗਿਆ ਹਰੀ ਪਾਣੀ ਦੀ ਠੰਡੀ ਬੋਤਲ ਲੈ ਕੇ ਆ ਗਿਆ ਰਾਮਚੰਦ ਕੋਨੇ ਚ ਬੈਠਾ ਚੁੱਪਚਾਪ ਇਧਾ ਦੇਖਦਾ ਰਿਹਾ ਤੇ ਚੰਦਰ ਦੀ ਬੀਵੀ ਬਾਰੇ ਸੋਚਦਾ ਰਿਹਾ ਕਿ ਚੰਦਰ ਨੂੰ ਪਤਾ ਸੀ ਕਿ ਉਹ ਚੰਦਰ ਨੂੰ ਦੱਸੇ ਤੇ ਪੁੱਛੇ ਕਿ ਕੀ ਉਹਨੂੰ ਪਤਾ ਹੈ ਪਰ ਉਹ ਚੰਦਰ ਨਾਲ ਐਸੇ ਮਸਲੇ ਬਾਰੇ ਕਿਵੇਂ ਗੱਲ ਕਰ ਸਕਦਾ ਹੈ ਜਿਹੜਾ ਉਹਦੀ ਪਤਨੀ ਨਾਲ ਸੰਬੰਧ ਰੱਖਦਾ ਹੋਵੇ ਹੁਣੇ ਮਿਸਸ ਗੁਪਤਾ ਦੇ ਜੋਸ਼ੀਲੇ ਬੋਲ ਬੋਲ ਰਹੀ ਚਿਹਰੇ ਵੱਲ ਦੇਖਿਆ ਕਿ ਉਹ ਮਿਸਸ ਗੁਪਤਾ ਨੂੰ ਦੱਸੇ ਕਿ ਇਸ ਤਰ੍ਹਾਂ ਕਰਨਾ ਠੀਕ ਹੋਏਗਾ ਉਹ ਆਪਣੇ ਆਪ ਕਰਾਇਆ ਗੋਡੇ ਇਕੱਠੇ ਕੀਤੇ ਆਪਣੇ ਸਿਰ ਨੂੰ ਝੁਕਾ ਕੇ ਇਹਨਾਂ ਤੇ ਰੱਖ ਲਿਆ ਉਹਦਾ ਜੀ ਉੱਚੀ ਉੱਚੀ ਰੋਣ ਨੂੰ ਕੀਤਾ ਤਾਂ ਕਿ ਦੁਕਾਨ ਵਿੱਚਲੇ ਸਾਰੇ ਲੋਕੋ ਦੇ ਕੋਲ ਆ ਜਾਣ ਤੇ ਉਹਨਾਂ ਨੂੰ ਸਾਰੀ ਗੱਲ ਦੱਸ ਦੇਵੇ ਕੋਈ ਜਣਾ ਜ਼ਰੂਰ ਹੀ ਕੁਝ ਕਰੇਗਾ ਕੀ ਉਹ ਕੁਝ ਕਰਨਗੇ रामਚੰਦ ਅੜੀ ਤੇ ਬੈਠਾ ਰਿਹਾ ਉਹਦਾ ਦਿਲ ਅੰਦਰ ਹੀ ਅੰਦਰ ਤਸਦਾ ਗਿਆ रामਚੰਦ ਇਹ ਆਵਾਜ਼ ਆਉਣ ਆਉਣ ਤੇ ਉਹਨੇ ਸਿਰ ਉੱਪਰ ਚੁੱਕਿਆ ਮਹਾਜਨ ਉਹਦੇ ਸਿਰ ਤੇ ਖੜਾ ਸੀ ਇਹ ਕੀ ਹੋ ਰਿਹਾ ਹੂੰ ਦੁਕਾਨ ਭਰੀ ਪਈ ਹੈ ਬਾਕੀ ਸਾਰੇ ਜਣੇ ਕੰਮ 'ਚ ਰੁੱਝੇ ਹੋਏ ਉਹਨਾਂ ਨੂੰ ਸਿਰ ਖੁਰਕਣ ਦੀ ਵੇਲ ਨਹੀਂ ਤੇ ਤੂੰ ਇੱਥੇ ਬੈਠਾ ਆਰਾਮ ਕਰ ਰਿਹਾ ਹੈ ਤੈਨੂੰ ਕੋਈ ਲੱਗਦਾ ਤੂੰ ਕੰਪਨੀ ਬਾਗ ਦੇ ਬੈਂਚ ਤੇ ਬੈਠਾ ਹੈ? ਰਾਮਚੰਦ ਨੇ ਕਿਹਾ ਬਾਉ ਜੀ, ਠੀਕ ਹੈ ਠੀਕ ਹੈ, ਹੁਣ ਬਹਾਨੇ ਨਾ ਬਣਾ। ਤੇ ਤੇਰੇ ਕੋਲ ਹੋਰ ਕੋਈ ਕੰਮ ਨਹੀਂ ਤਾਂ ਘੱਟੋ-ਘੱਟ ਗੋਕੁਲ ਦੀ ਮਦਦ ਕਰ। ਮਹਾਜਨ ਇਹ ਗੱਲ ਕਹਿੰਦੇ ਹੋਏ ਇੱਕਦਮ ਮੁੜਿਆ ਤੇ ਚਲਾ ਗਿਆ। ਰਾਮਚੰਦ ਮਹਾਜਨ ਦੇ ਜਾਂਦੇ ਹੋਏ ਉਹਦੀ ਮੋਟੀ ਪਿੱਠ ਨੂੰ ਧਿਆਨ ਨਾਲ ਦੇਖਦਾ ਰਿਹਾ। ਉਹ ਗੋਕੁਲ ਦੇ ਕੋਲ ਜਾਣ ਹੀ ਵਾਲਾ ਸੀ ਕਿ ਮਿਸਿਸ ਭੰਡਾਰੀ ਅੰਦਰ ਆਉਂਦੀ ਦਿਖਾਈ ਦਿੱਤੀ। ਉਹਦੇ ਨਾਲ ਮਿਸਿਸ ਸੱਚਦੇਵਾ ਵੀ ਸੀ। ਇਹ ਬੜੀ ਅਜੀਬ ਗੱਲ ਸੀ ਉਹਨੂੰ ਚੇਤੇ ਆਇਆ ਕਿ ਸਰਦੀਆਂ ਦੇ ਇੱਕ ਦਿਨ ਬਾਦ ਦੁਪਹਿਰ ਦੀ ਆਖਰੀ ਸਵੇਰੇ ਉਹ ਇੱਕੋ ਦਿਨ ਹੀ ਦੁਕਾਨ ਤੇ ਆਈਆਂ ਸੀ ਤੇ ਉਹਨੇ ਇਹਨਾਂ ਸਾਰੀਆਂ ਨੂੰ ਹੀ ਸਾੜੀਆਂ ਦਿਖਾਈਆਂ ਸੀ ਪਰ ਹੁਣ ਘਟੋ ਘਟੋ ਨੂੰ ਮਿਸਿਸ ਗੁਪਤਾ ਨੂੰ ਕੋਈ ਸਾੜੀਆਂ ਨਹੀਂ ਸੀ ਦਿਖਾਉਣੀਆਂ ਪੈ ਰਹੀਆਂ ਉਹ ਅੱਗੇ ਵਧਿਆ ਤੇ ਅੰਦਰ ਦਾਖਲ ਹੋਈਆਂ ਦੋਹਾਂ ਔਰਤਾਂ ਵੱਲ ਹਲਕਾ ਜਿਹਾ ਮੁਸਕਰਾਇਆ ਉਹਨਾਂ ਦੋਹਾਂ ਨੇ ਉਸ ਵੱਲ ਦੇਖਿਆ ਤੱਕਣਾ ਉਹਨਾਂ ਪਹਿਲਾਂ ਸ਼ੈਲਫਾਂ ਵੱਲ ਆਪਣੀਆਂ ਅੱਖਾਂ ਘੁਮਾਈਆਂ ਤੇ ਰਾਮਚੰਦ ਦੇ ਸਾਹਮਣੇ ਬੈਠ ਗਈਆਂ ਮਿਸਿਸ ਗੁਪਤਾ ਤੇ ਮਿਸਿਸ ਸੰਧੂ ਜਿਹੜੀਆਂ ਕਿ ਅਜੇ ਵੀ ਬਹੁਤ ਤਿੱਖੀ ਆਵਾਜ਼ 'ਚ ਗੱਲਾਂ ਕਰ ਰਹੀਆਂ ਸਨ ਜਿਹੜੀਆਂ ਸਾਰੀ ਦੁਕਾਨ 'ਚ ਸੁਣਾਈ ਦੇ ਰਹੀਆਂ ਸਨ ਦੇ ਮੁਕਾਬਲੇ ਉਹ ਦੋਵੇਂ ਬਹੁਤ ਧੀਮੀ ਆਵਾਜ਼ 'ਚ ਗੱਲਾਂ ਕਰ ਰਹੀਆਂ ਸੀ ਸਾਨੂੰ ਕੁਝ ਨਵੇਂ ਬਾਟਿਕ ਪ੍ਰਿੰਟ ਦਿਖਾਓ ਮਿਸਿਸ ਸੱਚਦੇਵਾ ਨੇ ਕਿਹਾ ਰਾਮਚੰਦ ਨੇ ਸਿਰ ਹਿਲਾਇਆ ਤੇ ਸਾੜੀਆਂ ਲੈਣ ਲਈ ਉੱਠਿਆ ਉਹ ਤਾਂ ਜੀ ਨਹੀਂ ਕੀਤਾ ਕਿ ਹਰੀ ਨੂੰ ਆਵਾਜ਼ ਮਾਰੇ ਜਿਹੜਾ ਕਿ ਬਾਟਿਕ ਪ੍ਰਿੰਟ ਦੀਆਂ ਸਾੜੀਆਂ ਵਾਲੇ ਸ਼ੈਲਫ ਦੇ ਕੋਲ ਹੀ ਸੀ ਕਿ ਕਹੇ ਕਿ ਉਹ ਸਾੜੀਆਂ ਉਸ ਵੱਲ ਸੁੱਟੇ ਉਹ ਕੁਝ ਦੇਰ ਤੱਕ ਸ਼ੈਲਫ ਵਿੱਚ ਹੱਥ ਮਾਰਦਾ ਰਿਹਾ ਜਦ ਕਿ ਦੋਵੇਂ ਔਰਤਾਂ ਉਡੀਕਦੀਆਂ ਰਹੀਆਂ। ਸ਼ਾਮ ਨੇ ਉਸ ਵੱਲ țeਡੀ ਨਜ਼ਰ ਨਾਲ ਦੇਖਿਆ ਘੂਰੀ ਬੱਟੀ। ਸੇਵਕ ਸਾੜੀ ਹਾਊਸ 'ਚ ਗਾਕਾ ਨੂੰ ਉਡੀਕ ਕਰਾਉਣਾ ਜੁਰਮ ਸਮਝਿਆ ਜਾਂਦਾ ਸੀ। ਚੰਗਾ ਇਹੀ ਸਮਝਿਆ ਜਾਂਦਾ ਸੀ ਕਿ ਉਹਨਾਂ ਦੇ ਸਾਹਮਣੇ ਸਾੜੀਆਂ ਦਾ ਇੰਨਾ ਢੇਰ ਲਾਤਾ ਜਾਏ ਕਿ ਆਖਰਕਾਰ ਉਹਨਾਂ ਨੂੰ ਦੁਕਾਨ 'ਚੋਂ ਨਿਕਲਣ ਲਈ ਵੀ ਘੱਟੋ-ਘੱਟ ਇੱਕ ਸਾੜੀ ਜ਼ਰੂਰ ਚੁਣਨੀ ਪਵੇ। ਰਾਮਚੰਦ ਨੇ ਕਾਲੀ-ਕਾਲੀ ਨਾਲ ਨਵੀਆਂ ਸਾੜੀਆਂ ਚੁੱਕੀਆਂ ਤੇ ਆਪਣੀ ਥਾਂ ਤੇ ਚੱਲ ਅਗਿਆ। ਔਰਤਾਂ ਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਜਿਵੇਂ ਅਕਸਰ ਹੀ ਕਰਦੀਆਂ ਹਨ। ਉਹਨਾਂ ਹਰੇਕ ਸਾੜੀ ਦੇ ਕੱਪੜਿਆਂ ਨੂੰ ਆਪਣੀ ਉਂਗਲਾਂ ਨਾਲ ਛੋਇਆ, ਧੀਮੀ ਆਵਾਜ਼ 'ਚ ਹਰੇਕ ਸਾੜੀ ਬਾਰੇ ਆਪਣੀਆਂ ਰਾਵਾਂ ਦਿੱਤੀਆਂ, ਕਿਨਾਰੀਆਂ ਨੂੰ ਧਿਆਨ ਨਾਲ ਦੇਖਿਆ। ਰਾਮਚੰਦ ਨੇ ਕੁਝ ਨਾ ਕਿਹਾ। ਉਹਨੇ ਨਾ ਕੋਈ ਸਾੜੀ ੱੱਕੇ ਨਾਲ ਉਹਨਾਂ ਦੇ ਅੱਗੇ ਕੀਤੀ, ਨਾ ਹੀ ਕਿਸੇ ਸਾੜੀ ਦੇ ਖਾਸ ਗੁਣਾਵਲ ਉਹਨਾਂ ਦਾ ਧਿਆਨ ਲਿਆਉਣ ਦਾ ਯਤਨ ਕੀਤਾ। ਉੱਥੇ ਚੁੱਪਚਾਪ ਬੈਠਾ ਉਹਨਾਂ ਅੱਗੇ ਇੱਕ ਤੋਂ ਬਾਅਦ ਦੂਜੀ ਸਾੜੀ ਪੇਸ਼ ਕਰਦਾ ਰਿਹਾ। ਸ਼ਾਮ ਨੇ ਫਿਰ țeਡੀ ਅੱਖ ਨਾਲ ਉਸ ਵੱਲ ਦੇਖਿਆ ਤੇ ਸਵਾਲੀਆ ਢੰਗ ਨਾਲ ਅੱਖ ਦੇ ਪਰਵੱਟੇ ਉੱਪਰ ਨੂੰ ਕੀਤੇ। ਉਹ ਰਤਾ ਕੋ ਤਲਖੀਤ ਸੀ। ਮਹਾਜੰਦੀਗੈਰ ਹਾਜ਼ਰੀ 'ਚ ਸ਼ਾਮ ਤੇ ਰਾਜੀਸ਼ ਸੀ। ਆਪਣੇ ਆਪ ਨੂੰ ਦੁਕਾਨ ਦੇ ਇੰਚਾਰਜ ਸਮਝਦੇ ਸਨ। ਉਨੀ ਦੇਰ ਤੱਕ ਜਦੋਂ ਤੱਕ ਉਹਨਾਂ ਦੇ ਚਾਹ ਪੀਣ ਜਾਂ ਬੀੜੀ ਪੀਣ ਦੇ ਸਮੇਂ 'ਚ ਵਿਗੰਨਾ ਪੈਂਦਾ ਹੋਵੇ। ਰਾਮਚੰਦ ਨੇ ਜਾਣ ਬੁੱਝ ਕੇ ਨਜ਼ਰ ਦੂਜੇ ਪਾਸੇ ਨੂੰ ਘੁਮਾ ਲਈ। ਜਦੋਂ ਮਿਸਿਸ ਸੱਚਦੇਵਾ ਨੇ ਪੂਰੇ ਰੰਗ ਦੀ ਸਾੜੀ ਚੁੱਕੀ ਤੇ ਮਿਸਿਸ ਭੰਡਾਰੀ ਨਾਲ ਗੱਲਾਂ ਕਰਨ ਲੱਗੀ ਤਾਂ ਵੀ ਉਹਨੇ ਆਪਣੇ ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ ਮਿਸਿਸ ਸੱਚਦੇਵਾ ਕਹਿਣ ਲੱਗੀ ਦੇਖੋ ਜੇ ਇਹਦੀ ਕਿਨਾਰੀ ਇੰਨੀ ਚੌੜੀ ਨਾ ਹੁੰਦੀ ਤਾਂ ਇਹ ਬਿਲਕੁਲ ਠੀਕ ਲੱਗਣੀ ਸੀ ਕਿਉਂ ਰਾਮਚੰਦ ਨੂੰ ਸਮੇਂ ਚੇਤਾ ਆਇਆ ਜਦੋਂ ਕਪੂਰ ਹਾਊਸ ਦੀ ਬੈਠਕ 'ਚ ਬੈਠਾ ਹੋ ਰੀਨਾ ਕਪੂਰ ਨੂੰ ਮਿਸਿਸ ਸੱਚਦੇਵਾ ਨਾਲ ਗੱਲਾਂ ਕਰਦਾ ਸੁਣ ਰਿਹਾ ਸੀ ਉਹ ਕਪੂਰੀ ਸਨ ਜਿਹੜੇ ਕੱਪੜੇ ਦੀ ਫੈਕਟਰੀ 'ਚ ਗੁਪਤਿਆਂ ਦੇ ਹਿੱਸੇਦਾਰ ਸਨ ਜਿਨ੍ਹਾਂ ਨੇ ਚੰਦਰ ਦੇ ਪੈਸੇ ਨਹੀਂ ਸੀ ਦਿੱਤੇ ਤੇ ਇਸ ਕਾਰਨ ਚੰਦਰ ਦੀ ਪਤਨੀ ਇੰਨੇ ਗੁੱਸੇ 'ਚ ਆ ਗਈ ਸੀ। ਮਿਸਿਸ ਸੱਚਦੇਵਾ ਨੇ ਤਿੱਖੀ ਆਵਾਜ਼ ਚ ਕਿਹਾ ਤੂੰ ਸੁਣ ਲੈ ਮੈਂ ਤੈਨੂੰ ਇਹ ਪੁੱਛਿਆ ਕਿ ਤੇਰੇ ਕੋਲ ਇਸੇ ਕਿਸਮ ਦੀ ਇਸੇ ਰੰਗ ਦੀ ਇਸੇ ਡਿਜ਼ਾਈਨ ਦੀ ਪਰ ਛੋਟੀ ਕਿਨਾਰੀ ਵਾਲੀ ਕੋਈ ਹੋਰ ਸਾਰੀ ਹੈ। ਰਾਮਚੰਦ ਨੇ ਨਾਂ ਚ ਸਿਰ ਹਿਲਾਇਆ। ਮਿਸਿਸ ਸੱਚਦੇਵਾ ਖੇਜੀ ਦਿਖਾਈ ਦਿੱਤੀ। ਰਾਮਚੰਦ ਨੇ ਉਹਦੇ ਮੱਥੇ ਦੀਆਂ ਤਿਉੜੀਆਂ ਵੱਲ ਦੇਖਿਆ ਜੇ ਉਹਨੂੰ ਪਤਾ ਲੱਗੇ ਤਾਂ ਕੀ ਕਹੇਗੀ। ਬੜੀ ਪੜ੍ਹੀ ਲਿਖੀ ਔਰਤ ਸੀ ਫਿਰ ਉਹਦੇ ਮਨ ਅੰਦਰ ਇੱਕ ਹੋਰ ਵਿਚਾਰ ਆਇਆ ਕਿ ਰੀਨਾ ਕਪੂਰ ਨੂੰ ਪਤਾ ਸੀ ਕਿ ਉਹਦਾ ਪਿਤਾ ਵਰਕਰਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਸੀ ਦਿੰਦਾ ਜੇ ਸਦਾ ਨਹੀਂ ਤਾਂ ਕਦੇ-ਕਦੇ ਕੀ ਉਹ ਜਾ ਕੇ ਰੀਨਾ ਨਾਲ ਗੱਲ ਕਰੇ ਪਰ ਉਹਦੇ ਮਨ ਅੰਦਰ ਸ਼ੱਕ ਪੈਦਾ ਹੋਇਆ ਉੱਥੇ ਯਕੀਨ ਕੌਣ ਕਰੇਗਾ ਮਿਸਿਸ ਸੱਚਦੇਵਾਲੀ ਤਾਂ ਸ਼ਾਇਦ ਰਵਿੰਦਰ ਕਪੂਰ ਉਹਦੀ ਵਿਦਿਆਰਥਣ ਦਾ ਸਿਰ ਪਿਤਾ ਮਾਤਰ ਹੀ ਸੀ ਰਾਮਚੰਦ ਨੇ ਆਪਣੀਆਂ ਅੱਖਾਂ ਦੇ ਵਿੱਚ ਘਾਰ ਲਈ ਹਿੱਸੇ ਨੂੰ ਚੁੰਡੀ ਵੱਡੀ अचन चेती सारे पासे ਹਨੇਰਾ ਤੇ ਧੁੰਦਲਾਪਨ ਛਾ ਗਿਆ ਉਹ ਕੀ ਕਰ ਸਕਦਾ ਸੀ ਹੁਣ ਰਾਜੇਸ਼ਵੀ ਰਾਮਚੰਦ ਨੂੰ ਦੇਖ ਕੇ ਘੂਰੀਆਂ ਵਟ ਰਿਆ ਸੀ ਰਾਮਚੰਦ ਦੇ ਮਨ ਅੰਦਰ ਉਹਦੇ ਖਿਲਾਫ ਰੋਸ ਦੀ ਲਹਿਰ ਉੱਠੀ ਕਿ ਨਾ ਮੂਰਖ ਆਦਮੀ ਹੈ ਸਦਾ ਬੋਲਦਾ ਹੀ ਰਹਿੰਦਾ ਤੇ ਕਦੇ ਵੀ ਅਗਲੀ ਗੱਲ ਕਹਿਣ ਤੋਂ ਪਹਿਲਾਂ ਸੋਚਣ ਲਈ ਨਹੀਂ ਰੁਕਦਾ ਰਾਮਚੰਦ ਨੇ ਆਪਣੇ ਆਪ ਨੂੰ ਠੀਕ ਕਰਨ ਤੇ ਆਪਣੇ ਸਾਹਮਣੇ ਬੈਠੀਆਂ ਦੋ ਔਰਤਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਕੁਝ ਹੋਰ ਸਾੜੀਆਂ ਵੀ ਕੱਢ ਕੇ ਲਿਆਂਦੀਆਂ ਮਿਸਿਸ ਗੁਪਤਾ ਨੇ ਅਚਾਨਕ ਕਿਹਾ oh hello ਮਿਸਿਸ ਪੰਡਾਰੀ ਮਿਸਿਸ ਪੰਡਾਰੀ ਨੇ ਹੈਰਾਨ ਹੋਣ ਦਾ ਬਹਾਨਾ ਕਰਦੇ ਉਸ ਵੱਲ ਦੇਖਿਆ oh hello ਮੈਂ ਤਾਂ ਦੇਖਿਆ ਹੀ ਨਹੀਂ ਸ਼ਾਪਿੰਗ ਕਰ ਰਹੇ ਹੋ ਰਮਚੰਦ ਨੇ ਸੋਚਿਆ ਕਿੰਨਾ ਅਹਿਮ ਕਾਣਾ ਸਵਾਲ ਹੈ ਕਿਉਂਕਿ ਸਾਰੀਆਂ ਔਰਤਾਂ ਖਰੀਦਦਾਰੀ ਤਾਂ ਕਰ ਰਹੀਆਂ ਮਿਸਿਸ ਗੁਪਤਾ ਨੇ ਆਪਣੇ ਨਾਲ ਵਾਲੀ ਔਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਤੁਸੀਂ ਮਿਸਿਸ ਸੰਧੂ ਨੂੰ ਜਾਣਦੇ ਹੋ ਇਹਨਾਂ ਦੇ ਪਤੀ ਬਿਜਲੀ ਬੋਰਡ ਚ ਚੀਫ ਇੰਜੀਨੀਅਰ ਹੈ ਮਿਸਿਸ ਭੰਡਾਰੀ ਨੇ ਜਵਾਬ ਦਿੱਤਾ ਉਹ ਬੜੀ ਚੰਗੀ ਗੱਲ ਹੈ ਤੁਸੀਂ ਜ਼ਰੂਰ ਮਿਸਿਸ ਸੱਚਦੇਵਾ ਨੂੰ ਜਾਣਦੇ ਹੋਗੇ ਅੰਗਰੇਜ਼ੀ ਵਿਭਾਗ ਦੇ ਮੁਖੀ ਮਿਸਿਸ ਗੁਪਤਾ ਨੇ ਚੁਸਤ ਮੁਸਕਰਾਟ ਨਾਲ ਉਦੀ ਗੱਲ ਤੋਂ ਕਿ ਹਾਂ ਮੈਂ ਇਹਨਾਂ ਨੂੰ ਜਾਣਦੀ ਹਾਂ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਸਾਰੀਆਂ ਜੜੀਆਂ ਕਪੂਰਾਂ ਦੀ ਸ਼ਾਦੀ ਤੇ ਮਿਲੀਆਂ ਸੀ ਰਵਿੰਦਰ ਕਪੂਰ ਦੀ ਬੇਟੀ ਦੀ ਸ਼ਾਦੀ ਤੇ ਮਿਸਿਸ ਸੱਚਦੇਵਾ ਨੇ ਕਿਹਾ ਹਾਂ ਬਿਲਕੁਲ ਪਰ ਤੁਹਾਨੂੰ ਦੱਸਾਂ ਉਹ ਕੁੜੀ ਇੰਨੀ ਸਿਆਣੀ ਹੈ ਕਿ ਜੇ ਤੁਸੀਂ ਰੀਨਾ ਕਪੂਰੀ ਕਹਦੇ ਹੋ ਤਾਂ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਉਸੇ ਬਾਰੇ ਹੀ ਗੱਲ ਕਰ ਰਹੇ ਹੋ ਤਨਪਤਾਏ ਕਿ ਉਹਨੇ ਆਪਣੀ ਵੱਖਰੀ ਪਛਾਣ ਬਣਾ ਲਈਏ ਤਾਂ ਸਿਰਫ ਰਵਿੰਦਰ ਕਪੂਰ ਦੀ ਬੇਟੀ ਨਹੀਂ ਰਹੀ ਇੱਥੇ ਆ ਕੇ ਗੱਲਬਾਤ ਇੱਕਦਮ ਹੀ ਬੇਤੁਕਾ ਜਿਹਾ ਠਹਿਰਾ ਆ ਗਿਆ ਫਿਰ ਮਿਸਿਸ ਭੰਡਾਰੀ ਨੇ ਪੁੱਛਿਆ ਤਾਂ ਫਿਰ ਮਿਸਿਸ ਗੁਪਤਾ ਤੁਹਾਡੀ ਕੀ ਖਬਰ ਹੈ ਕੀ ਹੋ ਰਿਹਾ ਤੁਹਾਡੇ ਨੂੰਹ ਦਾ ਕੀ ਹਾਲ ਹੈ ਉਹਦਾ ਨਾਮ ਸ਼ਿਪਰੇ ਨਾ ਮਿਸਿਸ ਗੁਪਤਾ ਨੇ ਮੁਸਕਰਾਉਂਦੇ ਹੋਏ ਕਿਹਾ ਸ਼ਿਲਪਾ ਸੱਚੀ ਗੱਲ ਹੈ ਕਿ ਪਰਮਾਤਮਾ ਬੜਾ ਮਿਹਰਬਾਨ ਹੈ ਬਹੁਤ ਹੀ ਮਿਹਰਬਾਨ ਟੱਚ ਉਹਦੇ ਬੱਚਾ ਹੋਣ ਵਾਲਾ ਹੈ ਤੀਜਾ ਮਹੀਨਾ ਇਹ ਗੱਲ ਸੁਣ ਕੇ ਸਾਰੇ ਜਣੇ ਮੁਸਕਰਾ ਪਏ। ਮਿਸਿਸ ਭੰਡਾਰੀ ਨੇ ਕਿਹਾ ਵਾਹ ਵਧਾਈਆਂ ਅਸੀਂ ਬੱਚੇ ਦੇ ਆਉਣ ਦੀ ਉਡੀਕ ਕਰਾਂਗੇ ਤੇ ਫਿਰ ਤੁਹਾਡੇ ਕੋਲ ਪਾਰਟੀ ਲਵਾਵਾਂਗੇ। ਹਾਂ ਹਾਂ ਬਿਲਕੁਲ ਉਹ ਬੜੀ ਚੰਗੀ ਕੁੜੀ ਹੈ। ਇੰਨੇ ਚੰਗੇ ਸੁਭਾਅ ਦੀ ਤੇ ਸ਼ਾਂਤ ਪਰਮਾਤਮਾ ਦੀ ਮਿਹਰ ਹੈ। ਮੇਰੇ ਪੁੱਤਰ ਤਰਨ ਦੀ ਫੈਕਟਰੀ ਵੀ ਚੰਗੀ ਚੱਲ ਰਹੀ ਹੈ ਤੇ ਮੇਰਾ ਛੋਟਾ ਪੁੱਤਰ ਵੀ ਹਰ ਹਫਤੇ ਅਮਰੀਕਾ ਤੋਂ ਟੈਲੀਫੋਨ ਕਰਦਾ ਹੈ। ਮਿਸਿਸ ਸੱਜਦੇਵਾ ਨੇ ਉਸ ਵੱਲ ਦੇਖਿਆ ਤੇ ਫਿਰ ਆਪਣੀਆਂ ਨਜ਼ਰਾਂ ਹੱਥਾਂ 'ਚ ਫੜੀ ਸਾੜੀ ਵੱਲ ਘੁਮਾਉਂਦੇ ਹੋਏ ਧੀਮੀ ਆਵਾਜ਼ 'ਚ ਕਿਹਾ ਬੜੀ ਚੰਗੀ ਗੱਲ ਹੈ। ਮਿਸਿਸ ਗੁਪਤਾ ਦਾ ਚਿਹਰਾ ਖਿਲ ਉੱਠਿਆ। ਫਿਰ ਮਿਸਿਸ ਭੰਡਾਰੀ ਨੇ ਮਿਸਿਸ ਸੰਧੂ ਨੂੰ ਦੋਸਤਾਨਾ ਵਾਸਟ ਪੁੱਛਿਆ। ਤੁਹਾਡੇ ਬੱਚਿਆਂ ਦਾ ਕੀ ਹਾਲ ਹੈ? ਮਿਸਿਸ ਸੰਧੂ ਨੇ ਧੀ ਮੀ ਸ਼ਾਂਤ ਵਾਸਟ ਕਿਹਾ। ਉਹ ਬੜੇ ਠੀਕ ਠਾਕ ਹੈ। ਮੇਰਾ ਵੱਡਾ ਪੁੱਤਰ ਮਨੂ ਉਹਦਾ ਨਾਮ ਮਨਦੀਪ ਹੈ ਪਰ ਅਸੀਂ ਸਾਰੇ ਮਨੂ ਹੀ ਕਹਿੰਦੇ ਹਾਂ। ਦਾਖਲੇ ਦਾ ਇਮਤਿਹਾਨ ਪਾਸ ਕਰ ਗਿਆ। ਉਹ ਅਮਨਿਸਰ ਮੈਡੀਕਲ ਕਾਲਜ 'ਚ ਦਾਖਲ ਹੋ ਜਾਏਗਾ। ਹੁਣ ਮੈਂ ਇਸ ਗੱਲ ਦੀ ਪਰਵਾਹ ਕੀਤੇ ਬਿਨਾ ਮਿਕਸੀ ਤੇ ਵਾਸ਼ਿੰਗ ਮਸ਼ੀਨ ਵਰਤ ਸਕਾਂਗੀ ਕਿ ਉਹਦੀ ਆਵਾਜ਼ ਨਾਲ ਕਿਤੇ ਉਹਦਾ ਧਿਆਨ ਭੰਗ ਨਾ ਹੋ ਜਾਏ ਸਭ ਵੈਗਰੂ ਦੀ ਮੇਰ ਹੈ ਮਿਸਿਸ ਭੰਡਾਰੀ ਕਹਿਣ ਲੱਗੀ ਹਾਂ ਅੱਜਕੱਲ੍ਹ ਪੜ੍ਹਾਈ ਬਹੁਤ ਜ਼ਰੂਰੀ ਹੈ ਮੇਰੀ ਰੋਜ਼ੀ ਵੀ ਐਮ ਐਸ ਸੀ ਕਰਨ ਦਿੱਲੀ ਗਈ ਹੈ ਮੈਂ ਉਹਨੂੰ ਕਿਹਾ ਕਿ ਇੱਥੇ ਹੀ ਕਰ ਲੈ ਪਰ ਉਹਨੇ ਮੇਰੀ ਗੱਲ ਨਾ ਸੁਣੀ ਉਸ ਲਈ ਕਿੰਨੇ ਚੰਗੇ ਰਿਸ਼ਤੇ ਆ ਰਹੇ ਹਨ ਪਰ ਉਹ ਕਹਿੰਦੀ ਹੈ ਕਿ ਉਹ ਅਜੇ ਸ਼ਾਦੀ ਲਈ ਤਿਆਰ ਨਹੀਂ ਉਹ ਕਹਿੰਦੀ ਹੈ ਕਿ ਜ਼ਿੰਦਗੀ 'ਚ ਸਭ ਕੁਝ ਸ਼ਾਦੀ ਤੇ ਪੈਸਾ ਹੀ ਨਹੀਂ ਹੁੰਦਾ ਮਿਸਿਸ ਗੁਪਤਾ ਮੁਸਕਰਾਈ ਮਿਸਿਸ ਸੰਧੂ ਨੇ ਪਿਆਰੀ ਜੀ ਮੁਸਕਾਨ ਨਾਲ ਕਿਹਾ ਪਰ ਮਿਸਿਸ ਪੰਡਾਰੀ ਯਕੀਨ ਕਰਿਓ ਅੱਜ ਦੇ ਨੌਜਵਾਨ ਤਾਂ ਸਭ ਕੁਝ ਹੀ ਹਾਸਲ ਕਰਨਾ ਚਾਹੁੰਦੇ ਆ ਭਾਵੇਂ ਉਹ ਕੁਝ ਵੀ ਕਹਿਣ ਪਰ ਪੈਸਾ ਉਹਨਾਂ ਨੂੰ ਜ਼ਰੂਰ ਚਾਹੀਦਾ ਮੇਰਾ ਛੋਟਾ ਬੇਟਾ 10 ਇੰਚ ਹੈ ਪਰ ਉਹ ਹਰ ਰੋਜ਼ ਨਵੀਂ ਤੋਂ ਨਵੀਂ ਮੰਗ ਕਰਦਾ ਰਹਿੰਦਾ ਹੁਣ ਉਹ ਕਹਿੰਦਾ ਕਿ ਜਦੋਂ ਤੱਕ ਉਹਨੂੰ ਮੋਟਰਸਾਈਕਲ ਨਾ ਲੈ ਕੇ ਦਿੱਤਾ ਜਾਵੇ ਉਹ ਸਕੂਲ ਨਹੀਂ ਜਾਏਗਾ ਕੋਈ ਕੀ ਕਰ ਸਕਦਾ ਮਿਸਿਸ ਗੁਪਤਾ ਨੇ ਸਾਜਿਸ਼ੀ ਮੁਸਕਰਾਟ ਨਾਲ ਕਿਹਾ ਪਰ ਅਸੀਂ ਵੀ ਤਾਂ ਉਨੇ ਹੀ ਭੜੇ ਆ ਹਾਲੇ ਕੁਝ ਦਿਨ ਪਹਿਲਾਂ ਅਸੀਂ ਨਵਾਂ ਮਾਈਕ੍ਰੋਵੇਵ ਖਰੀਦਿਆ ਸੀ ਤੇ ਹੁਣ ਮੇਰਾ ਜੀ ਕਰਦਾ ਹੈ ਕਿ ਇੱਕ ਬਾਰਬੀਕਿਊ ਸੈਟ ਵੀ ਖਰੀਦ ਲਾਂ ਮਿਸਿਸ ਸੰਧੂ ਕਹਿਣ ਲੱਗੀ ਕੀ ਕਰੀਏ ਹੋਰ ਕੁਝ ਹੋ ਵੀ ਨਹੀਂ ਸਕਦਾ ਸਭ ਨੂੰ ਪੈਸਾ ਚਾਹੀਦਾ ਭਾਈ ਗੱਲਾਂ ਭਾਵੇਂ ਕੋਈ ਕਿਸੇ ਤਰ੍ਹਾਂ ਦੀਆਂ ਕਰਦਾ ਰਹੇ ਮਿਸਰ ਸੱਚਦੇਵਾ ਨੇ ਅਚਾਨਕ ਅਤਿਨ ਚਿਤ ਬੜੀ ਮਿੱਠੀ ਆਵਾਜ਼ ਛਕਿਆ ਸੱਚ ਹੈ ਪੈਸਾ ਬਹੁਤ ਮਹੱਤਵ ਰੱਖਦਾ ਹੈ ਜੀਵਨ ਦਾ ਪੱਧਰ ਰੱਖਣ ਲਈ ਇਹ ਜ਼ਰੂਰੀ ਹੈ ਪਰ ਜ਼ਿੰਦਗੀ ਵਿੱਚ ਪੈਸੇ ਤੋਂ ਬਿਨਾਂ ਕੁਝ ਹੋਰ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਹੰਰੀਨਾ ਕਪੂਰ ਨੂੰ ਹੀ ਦੇਖੋ ਜ਼ਿੰਦਗੀ ਵਿੱਚ ਉਸ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਉਸ ਕੋਲ ਪੈਸਾ ਹੈ ਸੁੰਦਰਤਾ ਹੈ ਤਕੜਾ ਪਰਿਵਾਰ ਹੈ ਪਰ ਉਹਨੇ ਕਿਤਾਬ ਲੇਖ ਕੇ ਆਪਣਾ ਨਾਮ ਆਪ ਬਣਾਇਆ ਹੈ ਕੀ ਤੁਸੀਂ ਇਹ ਕਿਤਾਬ ਪੜ੍ਹੀਏ ਉਹਨੇ ਮਿਸਿਸ ਗੁਪਤਾ ਤੇ ਮਿਸਿਸ ਸੰਧੂ ਨੂੰ ਪੁੱਛਿਆ ਦੋਵਾਂ ਨੇ ਸਿਰ ਨਾਚ ਹਿਲਾਏ ਤੇ ਮਿਸਿਸ ਗੁਪਤਾ ਕਹਿਣ ਲੱਗੀ ਸਮਾਂ ਕਿਸ ਕੋਲ ਹੈ ਤੁਹਾਡੀ ਤਾਂ ਨੌਕਰੀ ਹੈ ਪਰ ਸਾਨੂੰ ਤਾਂ ਘਰ ਚ ਕੰਮ ਕਰਨਾ ਪੈਂਦਾ ਤੁਸੀਂ ਜਾਣਦੇ ਹੋ ਮਾਹੌਲ ਚ ਤਣਾਅ ਦਿਖਾਈ ਦੇ ਰਿਹਾ ਸੀ ਫਿਰ ਰਚਨ ਚੇਤ ਮਿਸਸ ਸਚਦੇਵਾਂ ਦੋਸਤਾਨਾ ਢੰਗ ਨਾਲ ਮੁਸਕराई ਤੇ ਨਰਮ ਆਵਾਜ਼ ਚ ਪੁੱਛਣ ਲੱਗੀ ਵੈਸੇ ਮਿਸਸ ਗੁਪਤਾ ਤੁਹਾਡੀ ਨੂੰ ਬੜੀ ਖੂਬਸੂਰਤ ਤੇ ਜਵਾਨ ਹੈ ਨਹੀਂ ਹਾਂ ਉਈ ਕਿੰਨਾਂ ਸਾਲਾਂ ਦੀ ਹੈ ਮਿਸਸ ਸਚਦੇਵਾਂ ਨੇ ਸਧਾਰਨ ਜੇ ਢੰਗ ਨਾਲ ਪੁੱਛਿਆ ਉਹਨੇ ਕੀ ਕੀਤਾ ਹੈ ਤੁਹਾਡਾ ਮਤਲਬ ਮਿਸਿਸ ਗੁਪਤਾ ਉਖੜ ਜਈ ਮੇਰਾ ਮਤਲਬ ਹੈ ਉਹਦੀ ਪੜਾਈ ਹਾਂ ਉਹਨੇ ਬੀਏ ਚ ਦਾਖਲਾ ਲਿਆ ਸੀ ਪਰ ਉਹ ਮੁਕੰਮਲ ਨਹੀਂ ਸੀ ਕਰ ਸਕੇ ਕਿਉਂਕਿ ਪੜਾਈ ਦੇ ਦੌਰਾਨੀ ਉਹਦੀ ਸ਼ਾਦੀ ਤੈਅ ਹੋ ਗਈ ਸੀ ਉਹ ਮਿਸਿਸ ਸਤ ਦੇਵ ਨੇ ਕਿਹਾ ਤੇ ਫਿਰ ਚੁੱਪ ਹੋ ਗਈ ਪਲ ਭਰ ਲਈ ਮਿਸਿਸ ਗੁਪਤਾ ਚੁੱਪ ਰਹੀ ਫਿਰ ਕਹਿਣ ਲੱਗੀ ਪਰ ਉਹਨੂੰ ਉਹਨਾਂ ਸਾਰੀਆਂ ਗੱਲਾਂ ਦਾ ਪਤਾ ਹੈ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਉਹ ਉਹਨਾਂ ਕੁੜੀਆਂ ਵਰਗੀ ਨਹੀਂ ਹੈ ਜਿਹਨਾਂ ਨੂੰ ਸੰਸਾਰ ਦੇ ਸਾਰੇ ਦੇਸ਼ਾਂ ਦੀਆਂ ਰਾਜਧਾਨੀਆਂ ਦਾ ਪਤਾ ਹੁੰਦੀ ਹੈ ਪਰ ਉਸ ਦਾਲ ਦਾ ਪਤਾ ਨਹੀਂ ਹੁੰਦਾ ਜਿਹੜੀ ਉਹ ਖਾ ਰਹੀਆਂ ਹੁੰਦੀ ਹੈ ਮਿਸਿਸ ਭੰਡਾਰੀ ਨੇ ਤੁਰੰਤ ਜਵਾਬ ਦਿੱਤਾ ਮੇਰਾ ਤਾਂ ਕਹਿਣਾ ਹੈ ਕਿ ਕੁੜੀ ਨੂੰ ਦੋਹਾਂ ਦਾ ਹੀ ਪਤਾ ਹੋਣਾ ਚਾਹੀਦਾ ਹੈ ਹੁਣ ਮੇਰੀ ਰੋਜ਼ੀ ਨੂੰ ਦੇਖ ਲਓ ਉਹ ਬੜਾ ਕਮਾਲ ਦਾ ਖਾਣਾ ਬਣਾਉਂਦੀ ਹੈ ਤੇ ਨਾਲ ਹੀ ਬੜੀ ਚੰਗੀ ਵਿਦਿਆਰਥਣ ਵੀ ਹੈ ਮੈਨੂੰ ਤਾਂ ਉਹਦੀ ਕਮੀ ਬਹੁਤ ਖਲਦੀ ਹੈ ਸੰਧੂ ਨੇ ਤਰਸਪਰਿਵਾਸਟ ਕੇ ਮੈਂ ਜਾਣਦੀ ਹਾਂ ਤੁਹਾਡੇ ਲਈ ਬੜਾ ਮੁਸ਼ਕਿਲ ਹੋਏਗਾ ਕਾਜ਼ ਕਰਕੇ ਕਿਉਂਕਿ ਉਹ ਤੁਹਾਡਾ ਇੱਕੋ ਹੀ ਕਿਤਾਬ ਬੱਚਾ ਹੈ ਫਿਰ ਜਿਵੇਂ ਉਹਨੂੰ ਮਗਰੋਂ ਸੁਝੀ ਹੋਵੇ ਕਹਿਣ ਲੱਗੀ ਮੈਨੂੰ ਸੱਚੀ-ਮੁੱਚ ਹੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰੇ ਪੁੱਤਰ ਕਿੰਨੇ ਆਗਿਆਕਾਰ ਹੈ ਘਟੂ-ਘਟ ਬਹੁਤ ਸਮਤ ਆਗਿਆਕਾਰ ਰਹਿੰਦੇ ਹੀ ਹੈ ਜਦੋਂ ਗੱਲਬਾਤ ਚੱਲ ਰਹੀ ਸੀ ਤਾਂ ਗੋਕਲ ਤੇ ਰਾਮਚੰਦ ਥੱਕੇ ਹੋਏ ਵਿਚਾਰਗੀ ਨਾਲ ਬੈਠੇ ਉਹਨਾਂ ਔਰਤਾਂ ਨੂੰ ਦੇਖਦੇ ਸੁਣ ਰਹੇ ਸਨ ਜਿਹੜੀਆਂ ਭੁੱਲੀ ਗਈਆਂ ਸੀ ਕਿ ਉਹਨਾਂ ਦੇ ਸਾਹਮਣੇ ਸਾੜੀਆਂ ਪਈਆਂ ਤੇ ਉਹ ਡੀਕਰੇਸਨ ਕਿ ਮੌਕਾ ਲੱਗੇ ਤਾਂ ਉਹਨਾਂ ਨੂੰ ਇਸ ਗੱਲ ਦਾ ਚੇਤਾ ਕਰਵਾਉਣ ਪਰ ਕਾधिक ਇਸ ਤਰ੍ਹਾਂ ਹੋਈ ਜਾਂਦਾ ਹੈ ਔਰਤਾਂ ਨੂੰ ਦੁਕਾਨ 'ਚ ਹੋਰ ਵਾਕਫ ਔਰਤਾ ਮਿਲ ਜਾਂਦੀਆਂ ਤੇ ਵਾਪਸ ਵਿੱਚ ਲੰਮੀ ਗੱਲਬਾਤ ਸ਼ੁਰੂ ਕਰ ਲੈਂਦੀਆਂ ਗੋਕੁਲ ਅਜੇ ਵੀ ਸਬਰ ਨਾਲ ਬੈਠਾ ਹੋਇਆ ਸੀ ਉਹਦਾ ਮਨ ਕਿਤੇ ਦੂਰ ਉਡਾਰੀ ਮਾਰ ਰਿਹਾ ਸੀ ਸੋਚ ਰਿਹਾ ਸੀ ਉਹਨੂੰ ਨਵਾਂ ਸਟੋਵ ਖਰੀਦਣਾ ਚਾਹੀਦਾ ਜਾਂ ਨਹੀਂ ਲక్ష్ਮੀ 2 ਮਹੀਨਿਆਂ ਤੋਂ ਨਵੇਂ ਸਟੋਵ ਦੀ ਮੰਗ ਕਰ ਰਹੀ ਹੈ ਰਾਮਚੰਦ ਬੜੇ ਧਿਆਨ ਨਾਲ ਗੱਲਬਾਤ ਸੁਣ ਰਿਹਾ ਸੀ ਪਰਤਕੀ ਉਹ ਇਸ ਤੋਂ ਪ੍ਰਭਾਵਿਤ ਨਹੀਂ ਸੀ ਹੋ ਰਿਹਾ ਉਹਨੇ ਮਹਿਸੂਸ ਕੀਤਾ ਕਿ ਜਿੱਥੇ ਕਿਤੇ ਸੂਝ-ਬੂਝ ਜਾਂ ਗਿਆਨ ਹੋਣਾ ਚਾਹੀਦਾ ਸੀ ਉਥਾਂ ਖਾਲੀ ਸੀ ਫਿਰ ਉਹਦੇ ਦਿਲ 'ਚ ਇੱਕ ਵਿਚਾਰਗੀ ਭਰੀ ਦਰਦ ਉਠੇ ਉਹਨੂੰ ਇੱਕ ਦਰਦੋ ਦੀ ਛਾਤੀ ਦੇ ਖੱਬੇ ਪਾਸੇ ਸੱਚਮੁੱਚ ਹੀ ਮਹਿਸੂਸ ਹੋ ਰਹੀ ਸੀ ਜਿੱਥੇ ਇਨਸਾਨ ਦਾ ਦਿਲ ਹੁੰਦਾ ਹੈ ਅਚੰਚੇਤ ਮਿਸਸ ਪੰਡਾਰੀ ਨੇ ਗੋਕੁਲ ਨਾਲ ਅੱਖ ਮਲਾਈ ਫਿਰ ਉਹਨੇ ਆਪਣੇ ਪੱਟਾਂ 'ਚ ਪਈ ਬ੍ਰਾਊਨ ਰੰਗ ਦੀ ਸਾੜੀ ਵੱਲ ਦੇਖਿਆ ਹਲਕਾ ਜਿਹਾ ਹੱਸਨ ਤੋਂ ਬਾਅਦ ਕਹਿਣ ਲੱਗੀ ਦੇਖੋ ਤਾਂ ਸਹੀ ਅਸੀਂ ਆਪਣੀ ਖਰੀਦਦਾਰੀ ਬਾਰੇ ਤਾਂ ਬਿਲਕੁਲ ਹੀ ਭੁੱਲ ਗਈਆਂ ਮਿਸਸ ਗੁਪਤਾ ਵੀ ਹੱਸ ਕੇ ਕਹਿਣ ਲੱਗੀ ਕਦੇ-ਕਦੇ ਹੋ ਜਾਂਦਾ ਹੈ ਚਾਰੀ ਔਰਤਾਂ ਫਿਰ ਸਾੜੀਆਂ ਦੇਖਣ ਚ ਰੁੱਝ ਗਈਆਂ ਮਿਸਿਸ ਸੱਚਦੇਵਾ ਨੇ ਮਿਸਿਸ ਭੰਡਾਰੀ ਨੇ ਚੋਣ ਕਰਨ ਦੀ ਪਹਿਲ ਕੀਤੀ ਦੋਹਾਂ ਨੇ ਇੱਕ ਇੱਕ ਸਾੜੀ ਖਰੀਦ ਪਸੰਦ ਕੀਤੀ ਤੇ ਦੋਹਾਂ ਤੇ ਹੀ ਰਵਾਇਤੀ ਕਿਸਮ ਦੇ ਬਾਟਿਕ ਪ੍ਰਿੰਟ ਸਨ ਇਹਨਾਂ ਚੋਂ ਇੱਕ ਹਲਕੇ ਗਾਜਰੀ ਰੰਗ ਦੀ ਤੇ ਦੂਜੀ ਅਸਮਾਨੀ ਰੰਗ ਦੀ ਸੀ ਸਾੜੀ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਉਹ ਧੀਮੀ ਆਵਾਜ਼ ਚ ਗੱਲਾਂ ਕਰਦੀਆਂ ਰਹੀਆਂ ਆਰਮਚੰਦ ਪ੍ਰਭਾਵਹੀਨ ਚਿਹਰੇ ਨਾਲ ਦੇਖਦਾ ਰਿਹਾ ਉਹਨੇ ਸੁਣਿਆ ਕਿ ਮਿਸਿਸ ਸੱਚਦੇਵਾ ਹੌਲੀ ਹੌਲੀ ਕਹਿ ਰਹੀ ਸੀ ਇਹ ਔਰਤਾਂ ਸਾਰੀਆਂ ਇੱਕੋ ਜੀਆਂ ਹਨ ਪੈਸੇ ਤੇ ਬੇਵਕੂਫੀ ਤੋਂ ਬਿਨਾਂ ਇਹਨਾਂ ਦੇ ਸਿਰਾਂ 'ਚ ਹੋਰ ਕੁਝ ਨਹੀਂ ਸਾਨੂੰ ਉਹਨਾਂ ਨਾਲ ਗੱਲ ਕਰਨ ਦੀ ਕੀ ਮਜਬੂਰੀ ਹੈ ਇਸ ਤੋਂ ਬਾਅਦ ਜੋ ਕੁਝ ਮਿਸਿਸ ਭੰਡਾਰੀ ਨੇ ਕਿਹਾ ਉਹ ਰਾਮਚੰਦ ਨੂੰ ਸੁਣਾਈ ਨਾ ਦਿੱਤਾ ਪਰ ਉਹਨੇ ਉਹਦਾ ਆਖਰੀ ਫਿਕਰਾ ਸੁਣ ਲਿਆ ਆਖਰਕਾਰ ਅਸੀਂ ਇੱਕੋ ਸ਼ਹਿਰ 'ਚ ਰਹਿੰਦੀਆਂ ਹਾਂ ਇੱਕ ਦੂਜੇ ਨਾਲ ਅਮੋ ਸਾਹਮਣਾ ਹੁੰਦਾ ਹੀ ਰਹਿੰਦਾ ਹੈ ਮਿਲਣਾ ਜੁਲਣਾ ਤਾਂ ਪੈਂਦਾ ਹੀ ਹੈ ਮਿਸਿਸ ਸਚਦੇਵਾ ਨੇ ਸਿਰ ਹਿਲਾਇਆ ਫਿਰ ਰਾਮਚੰਦ ਨੂੰ ਇਸ਼ਾਰਾ ਕੀਤਾ ਕਿ ਦੋਵੇਂ ਸਾੜੀਆਂ ਪੈਕ ਕਰਦੇ ਉਮਸ ਗੁਪਤਾ ਅਤੇ ਮਿਸ ਸੰਦੂ ਬਲ ਹੱਥੇ ਲਾਉਂਦੇ ਹੋਏ ਚਲੀਆਂ ਗਈਆਂ ਦੋਵਾਂ ਜਣੀਆਂ ਨੇ ਜਵਾਬ ਚ ਹੱਥ ਲਾਏ ਪਰ ਜਿਉਂ ਹੀ ਸ਼ੀਸ਼ੇ ਦੇ ਦਰਵਾਜ਼ੇ ਦੇ ਬਾਹਰ ਹੋਈਆਂ ਮਿਸਸ ਗੁਪਤਾ ਨੇ ਮਿਸ ਸੰਦੂ ਨੂੰ ਕਿਹਾ ਇਹ ਔਰਤਾਂ ਵੀ ਬਸ ਪਤਾ ਨਹੀਂ ਇਹਨਾਂ ਦੇ ਨੱਕ ਕਿੰਨੇ ਉੱਚੇ ਕਿਉਂ ਹੈ ਮਿਸਸ ਸੱਚ ਦੇਵਾ ਦਾ ਕੋਈ ਬੱਚਾ ਨਹੀਂ ਹੈ ਉਹਦਾ ਪਤੀ ਵੀ ਕਿਸੇ ਥਾਂ ਬਸ ਪ੍ਰੋਫੈਸਰ ਹੀ ਲੱਗਾ ਹੋਇਆ ਹੈ ਤੇ ਮਿਸਸ ਭੰਡਾਰੀ ਭਾਵੇਂ ਉਹਦਾ ਪਤੀ ਪੁਲਿਸ ਵਿੱਚ ਡੀਆਈਜੀ ਹੈ ਪਰ ਉਹਦੀ ਰੋਜ਼ੀ ਮੇਰਾ ਖਿਆਲ ਇਸ 70 ਸਾਲਾਂ ਦੀ ਹੋ ਗਈ ਹੈ ਹਾਲੇ ਤੱਕ ਉਹਦੀ ਸ਼ਾਦੀ ਨਹੀਂ ਹੋਈ ਅਗੇ ਬੜੇ ਚੰਗੇ ਰਿਸ਼ਤੇ ਆ ਰਹੇ ਕੁਝ ਨਹੀਂ ਹੋ ਰਿਹਾ ਇਸ ਕਰਕੇ ਦਿੱਲੀ ਚਲੀ ਗਈ ਹੈ ਤਾਂ ਕਿ ਕੋਈ ਜੀਬ ਜੀ ਡਿਗਰੀ ਲੈ ਲਵੇ ਤੇ ਫਿਰ ਇਹਨੂੰ ਦਿਖਾਉਂਦੀ ਫਿਰੇ ਤੇ ਸਾਡੇ ਨਾਲੇਵੇਂ ਗੱਲਾਂ ਕਰਦੀਆਂ ਜਿਵੇਂ ਬਸ ਤੁਹਾਨੂੰ ਦੱਸਾਂ ਅੰਗੂਰ ਖੱਟੇ ਹੈ ਮਿਸਸ ਸੰਧੂ ਆਪਣੇ ਸੁਭਾਅ ਵਾਂਗ ਸ਼ਾਂਤ ਸੀ ਉਹਨੇ ਕਿਹਾ ਕੋਈ ਗੱਲ ਨਹੀਂ ਇਹਦੇ ਨਾਲ ਸਾਡਾ ਕੀ ਜਾਂਦਾ ਉਹ ਸ਼ਾਇਦ ਜ਼ਿੰਦਗੀ ਤੋਂ ਨਿਰਾਸ਼ ਹਨ ਸਾਨੂੰ ਤਾਂ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਉਹਨੇ ਸਾਨੂੰ ਕਿੰਨਾ ਕੁਝ ਦਿੱਤਾ ਭਾਵੇਂ ਉਹ ਸੂਤੀ ਸਾੜੀਆਂ ਖਰੀਦਣ ਲਈ ਆਈਆਂ ਸੀ ਕਰ ਦੋਵੇਂ ਜਣੀਆਂ ਇੱਕ ਇੱਕ ਮਹਿੰਗੀ ਸਾੜੀ ਖਰੀਦਣ ਤੋਂ ਬਾਅਦ ਛੇਤੀ ਚਲੀਆਂ ਗਈਆਂ। ਮਿਸਿਸ ਗੁਪਤਾ ਨੇ ਉਹੀ ਕ੍ਰਸ਼ ਟਿਸ਼ੂ ਸਾੜੀ ਖਰੀਦੀ ਜਿਹਨੂੰ ਕੁਝ ਦਿਨ ਪਹਿਲਾਂ ਕਾਲਜ ਪੜ੍ਹਦੀਆਂ ਕੁੜੀਆਂ ਨੇ ਬੜੇ ਚਾਰ ਨਾਲ ਦੇਖਿਆ ਸੀ ਤੇ ਮਿਸਿਸ ਸੰਧੂ ਨੇ ਫਿੰਗਰੀ ਦੇ ਕੰਮ ਵਾਲੀ ਪਿਆਜ਼ ਗੁਲਾਬੀ ਸਿਲਕ ਦੀ ਸਾੜੀ ਖਰੀਦੀ ਸੀ। ਜਿਉਂ ਹੀ ਉਹ ਗਈਆਂ ਗੋਕਲ ਕਹਿਣ ਲੱਗਾ ਇਹ ਔਰਤਾਂ ਵੀ ਸੱਚਮੁੱਚ ਹੀ ਸਿਰਦਰਦ ਹੁੰਦੀਆਂ। ਜੋ ਆਪਣੇ ਘਰਾਂ ਬਾਰੇ ਵਧਾ ਚੜਾ ਕੇ ਗੱਲਾਂ ਨਹੀਂ ਕਰਦੀਆਂ ਤਾਂ ਆਪਣੇ ਪਤਿਆਂ ਬਾਰੇ ਕਰਦੀਆਂ ਜੇ ਪਤਿਆਂ ਬਾਰੇ ਨਾ ਕਰਨ ਤਾਂ ਬੱਚਿਆਂ ਬਾਰੇ ਕਰਨ ਲੱਗ ਪੈਂਦੀ ਐ ਰਾਮਚੰਦ ਤੇਰਾ ਕੀ ਵਿਚਾਰ ਹੈ ਮੈਨੂੰ ਨਵਾਂ ਕਲਿਕਸ ਦਾ ਗੈਸ ਸਟੋਵ ਖਰੀਦ ਲੈਣਾ ਚਾਹੀਦਾ ਰਾਮਚੰਦ ਨੇ ਧੀਮੀ ਆਵਾਜ਼ ਤੇ ਜਵਾਬ ਦਿੱਤਾ ਗੋਕਲ ਬਈਆ ਮੈਨੂੰ ਸੱਚਮੁੱਚ ਹੀ ਗੈਸ ਦੇ ਸਟੋਵਾਂ ਬਾਰੇ ਕੁਝ ਨਹੀਂ ਪਤਾ ਮੈਂ ਤਾਂ ਮਿੱਟੀ ਦੇ ਤੇਲ ਦਾ ਸਟੋਵ ਵਰਤਦਾ ਮਿੱਟੀ ਦੇ ਤੇਲ ਵਾਲਾ ਸਟੋਵ ਬੈਂਗਣੀ ਸਾੜੀ ਫੁੱਲ ਰਾਮਚੰਦ ਦੁਕਾਨ ਦੀ ਛੱਤ ਤੇ ਬਣੇ ਸਟੋਰ ਦੇ ਨਾਲ ਬਣੇ ਛੋਟੇ ਜਿਹੇ ਪਖਾਨੇ ਚ ਗਿਆ ਅੰਦਰੋਂ ਕੁੰਡੀ ਮਾਰੀ ਕੁੱਚੇ ਰੋਂਦਾ ਰਿਹਾ ਫਿਰ ਉਹਨੇ ਰੁਮਾਲ ਨਾਲ ਆਪਣਾ ਚਿਹਰਾ ਪੂੰਝਿਆ ਬਾਹਰ ਆਇਆ ਤੇ ਦੁਕਾਨ ਚ ਆਪਣੀ ਮਿੱਠੀ ਹੋਈ ਥਾਂ ਤੇ ਜਾ ਬੈਠਾ ਧੰਨਵਾਦ ਚਲਦਾ